ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਐਸਡੀਐਮ ਭੁਲੱਥ ਵੱਲੋਂ ਉਹਨਾਂ ਨੂੰ ਧਮਕਾਉਣ ਦੇ ਇਲਜ਼ਾਮ ਦੇ ਚੱਲਦਿਆਂ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਤੇ ਕੁਝ ਦਿਨ ਪਹਿਲਾਂ ਜ਼ਿਲ੍ਹਾ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਇਸ ਮਾਮਲੇ ਵਿੱਚ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਭੁਲੱਥ ਥਾਣੇ ਵਿੱਚ ਜਾਂਚ ਲਈ ਪਹੁੰਚੇ। ਜਾਂਚ ਤੋਂ ਬਾਅਦ ਵਿਧਾਇਕ ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਡਰਨ ਵਾਲੇ ਨਹੀਂ ਹਨ, ਚਾਹੇ ਉਹਨਾਂ ਦੇ ਉੱਪਰ ਕਿੰਨੇ ਹੀ ਮੁਕੱਦਮੇ ਕਿਉਂ ਨਾ ਦਰਜ ਕੀਤੇ ਜਾਣ। ਦੇਖੋ ਇਸ ਤਰ੍ਹਾਂ ਵਾ ਕਿ ਇੱਕ ਮੁਕੱਦਮਾ ਜਿਹੜਾ ਐਸਡੀਐਮ ਸਾਹਿਬ ਦੀ ਸ਼ਿਕਾਇਤ ਤੇ ਦਰਜ ਕੀਤਾ ਸੀ ਮੇਰੇ ਖਿਲਾਫ, ਉਸ ਵਿੱਚ ਮੈਨੂੰ ਕਪੂਰਥਲਾ ਦੀ ਸੈਸ਼ਨ ਕੋਰਟ ਨੇ ਐਂਟੀਸਪੇਟਰੀ ਬੇਲ ਦਿੱਤੀ ਸੀ, ਅਗਾਊਂ ਜ਼ਮਾਨਤ ਦਿੱਤੀ ਸੀ, ਔਰ ਉਹਨਾਂ ਦੀ ਇਹ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰ ਲਓ। ਅਤੇ ਮੈਂ ਤਾਂ ਵੈਸੇ ਹੀ ਲੋਅ ਅਬਾਈਡਿੰਗ ਸਿਟੀਜ਼ਨ ਹਾਂ ਔਰ ਮੈਂ ਆਪਣੇ ਹਕੂਕ ਨੂੰ ਔਰ ਆਪਣੇ ਜਿਹੜੀਆਂ ਸਾਡੇ ਫਰਜ਼ ਨੇ ਡਿਊਟੀਜ਼ ਨੇ ਉਹਨੂੰ ਅੱਛੀ ਤਰ੍ਹਾਂ ਸਮਝਦਾ ਵਾਂ। ਤਾਂ ਮੈਂ ਉਹ ਇਨਵੈਸਟੀਗੇਸ਼ਨ ਜੁਆਇਨ ਕਰਨਾ ਸੀ, ਉਹ ਥੋੜ੍ਹਾ ਜਿਹਾ ਲੰਬਾ ਪ੍ਰੋਸੈਸ ਹੁੰਦਾ, ਉਹਦੇ 'ਚ ਉਹਨਾਂ ਨੇ ਮੇਰੀ ਸਟੇਟਮੈਂਟ ਰਿਕਾਰਡ ਕੀਤੀ ਆ, ਜਿਹੜੀ ਐੱਫ ਆਈ ਆਰ ਹੋਈ ਆ ਕਿ ਐਸਡੀਐਮ ਨੇ ਫਲਾਣੀ ਤੁਹਾਡੀਆਂ ਸ਼ਿਕਾਇਤਾਂ ਕੀਤੀਆਂ, ਦੋ ਇਸ਼ੂਜ਼ ਬਣਾਏ ਸੀ ਉਹਨਾਂ ਨੇ। ਉਹਦੇ 'ਚ ਉਹਨਾਂ ਕਿਹਾ ਜੀ 29 ਤਰੀਕ ਨੂੰ ਮੇਰੇ ਦਫ਼ਤਰ ਨੂੰ ਅੰਗਰੇਜ਼ੀ 'ਚ ਲਿਆ ਲਫ਼ਜ਼ ਹੈਗਾ ਹੀ ਲੇਟ ਸੀਜ਼ ਟੂ ਮਾਈ ਆਫਿਸ, ਸੀਜ਼ ਹੁੰਦਾ ਕਿ ਉਹਦੇ ਦਫ਼ਤਰ ਦੇ ਉੱਤੇ ਕਬਜ਼ਾ ਕਰ ਲੈਣਾ। ਅਤੇ ਇੱਕ 10 ਅਪ੍ਰੈਲ ਨੂੰ ਇਸੇ ਤਰ੍ਹਾਂ ਮੇਰੇ ਦਫ਼ਤਰ ਵਿੱਚ ਆਣ ਕੇ ਮੇਰੇ ਦਫ਼ਤਰ ਨੂੰ ਘੇਰ ਲਿਆ ਔਰ ਨਾਲੇ ਮੈਨੂੰ ਡਰਾਇਆ, ਧਮਕਾਇਆ, ਅਪਮਾਨਜਨਕ ਸ਼ਬਦ ਵਰਤੇ ਔਰ ਇੱਥੋਂ ਤੱਕ ਕਿ ਮੈਨੂੰ ਬੰਦਕ ਬਣਾਇਆ। ਇਹ ਹੁਣ ਸਾਰਾ ਕੁਝ ਜੋ ਕੁਛ ਮੈਂ ਉੱਥੇ ਸਟੇਟਮੈਂਟ ਦੇ ਕੇ ਆਇਆ ਉਹ ਜਿੱਦਣ ਸਾਡੇ ਦੋਨੋਂ ਸੀਗਾ, ਇੱਕ ਦਿਨ ਤਾਂ ਧਰਨਾ ਹੀ ਸੀ 10 ਅਪ੍ਰੈਲ ਦਾ, ਉਦੋਂ ਕਿਸਾਨਾਂ ਦੀ ਗਿਰਦਾਵਰੀਆਂ ਨਹੀਂ ਸੀ ਹੋ ਰਹੀਆਂ, ਕਣਕਾਂ ਦਾ ਮੁਆਵਜ਼ਾ ਨਹੀਂ ਸੀ ਮਿਲ ਰਿਹਾ, ਅਸੀਂ ਬਿਲਕੁਲ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ। ਉਸ ਧਰਨੇ ਵਿੱਚ ਇਨਫੈਕਟ ਐਸਡੀਐਮ ਸਾਹਿਬ ਆਪ ਖੁਦ ਬਾਹਰ ਆਏ ਨੇ ਔਰ ਮਾਈਕ ਦੇ ਉੱਤੇ ਆਣ ਕੇ ਉਹਨਾਂ ਨੇ ਭਰੋਸਾ ਦਵਾਇਆ ਕਿ ਸਾਡੇ ਕੋਲ ਪਟਵਾਰੀਆਂ ਦੀ ਸ਼ੋਰਟੇਜ ਆ ਅਤੇ ਜਦੋਂ ਸਾਡੇ ਅਸੀਂ ਛੇਤੀ ਤੋਂ ਛੇਤੀ ਗਿਰਦਾਵਰੀਆਂ ਕਰਾ ਕੇ ਤੁਹਾਨੂੰ ਮੁਆਵਜ਼ਾ ਦਵਾਵਾਂਗੇ। ਜੇ ਮੈਂ ਬੰਦਕ ਬਣਾਉਣਾ ਹੁੰਦਾ ਤਾਂ ਫਿਰ ਮਾਈਕ 'ਤੇ ਕਿੱਦਾਂ ਆਣ ਕੇ ਐਸਡੀਐਮ ਸਾਹਿਬ ਬੋਲਦੇ? ਜੇ ਮੈਂ ਉਹਨੂੰ ਕੋਈ ਅਪਸ਼ਬਦ ਬੋਲਦਾ, ਗਾਲੀ ਗਲੋਚ ਕਰਦਾ, ਹੀ ਵੁਡਨਟ ਹੈਵ ਡਨ ਦੈਟ। ਔਰ ਮੇਰੀ ਉਸ ਤੋਂ ਪਹਿਲਾਂ ਧਰਨੇ ਤੋਂ ਡੀ ਸੀ ਸਾਹਿਬ ਨਾਲ ਗੱਲ ਹੋਈ ਸੀਗੀ, ਉਹਨਾਂ ਨੇ ਕਿਹਾ ਕਿ ਧਰਨਾ ਦੇ ਰਹੇ ਹਾਂ, ਆਪਣੇ ਐਸਡੀਐਮ ਸਾਹਿਬ ਨੂੰ ਕਹਿਣਾ ਕਿ ਤੁਸੀਂ ਆਣ ਕੇ ਇੱਕ ਵਾਰੀ ਲੋਕਾਂ ਨੂੰ ਯਕੀਨ ਦਿਵਾਉਣਾ, ਅਸੀਂ ਧਰਨਾ ਉਦੋਂ ਖਤਮ ਕਰ ਦਿਆਂਗੇ। ਉਹਨਾਂ ਨੇ ਮੇਰੀ ਸਪੀਚ ਦੇ ਐਂਡ ਵਿੱਚ ਆਣ ਕੇ ਇਹ ਯਕੀਨ ਦਿਵਾਤਾ, ਅਸੀਂ ਉੱਥੋਂ ਧਰਨਾ ਖਤਮ ਕਰਦੇ। ਇਹ ਸਾਰਾ ਕੁਛ ਮੈਂ ਹੁਣ ਪੁਲਿਸ ਨੂੰ ਪੈਨ ਡਰਾਈਵ 'ਚ ਪਾ ਕੇ, ਕਿਉਂਕਿ ਇਹ ਸਾਰਾ ਕੁਝ ਸੋਸ਼ਲ ਮੀਡੀਆ ਮੇਰੇ ਫੇਸਬੁੱਕ ਅਕਾਊਂਟ 'ਤੇ ਅੱਜ ਵੀ ਅਵੇਲੇਬਲ ਹੈ, ਕਿਸੇ ਹੋਰ ਨੇ ਵੀ ਦੇਖਣਾ ਹੋਵੇ ਦੇਖ ਸਕਦਾ। ਦੂਸਰਾ ਉਹਨਾਂ ਨੇ ਇਲਜ਼ਾਮ ਲਾਇਆ ਕਿ ਜੀ ਮੈਂ 29 ਮਾਰਚ ਉਹਨਾਂ ਦੇ ਨਾਲ ਉਹੀ ਇਲਜ਼ਾਮ ਫਿਰ ਕੇ ਬਦਕਲਾਮੀ ਕੀਤੀ, ਧਮਕਾਇਆ, ਜਾਨੋਂ ਮਾਰਨ ਦੀ ਧਮਕੀ ਦਿੱਤੀ, ਦਫ਼ਤਰ ਨੂੰ ਘੇਰ ਲਿਆ। ਉਹ ਸਾਰੀ ਗੱਲ ਵੀ ਸੋਸ਼ਲ ਮੀਡੀਆ 'ਤੇ ਲਾਈਵ ਅਵੇਲੇਬਲ ਹੈ, ਉਹ ਵੀ ਮੈਂ ਪੈਨ ਡਰਾਈਵ 'ਚ ਪਾ ਕੇ SHO ਭੁਲੱਥ ਨੂੰ ਦੇ ਦਿੱਤੀ। ਉਹਦੇ 'ਚ ਕੀ ਹੋਇਆ ਸੀਗਾ ਕਿ ਇਹ ਸਾਡੇ ਇਲਾਕੇ ਦੇ ਵਿੱਚ ਇੱਕ ਹਾਰਿਆ ਹੋਇਆ ਜਿਹਨਾਂ ਜਿਹਦੀ ਜ਼ਮਾਨਤ ਜ਼ਬਤ ਆ, ਉਹ ਨੀਂਹ ਪੱਥਰ ਰੱਖਣ ਲੱਗ ਗਿਆ ਸੀ ਪਿੰਡਾਂ 'ਚ ਵਿਕਾਸ ਕਾਰਜਾਂ 'ਚ। ਜਿਹੜਾ ਬੰਦਾ ਕਦੀ ਪੰਚ ਵੀ ਨਹੀਂ ਬਣਾ ਉਹਦਾ ਅਧਿਕਾਰ ਨੀਗਾ ਔਰ ਪ੍ਰੋਟੋਕੋਲ ਦੇ ਹਿਸਾਬ ਨਾਲ MLA ਜਿਹੜਾ ਉਹਦਾ ਰੁਤਬਾ ਚੀਫ ਸੈਕਟਰੀ ਤੋਂ ਉੱਪਰ ਗਿਣਿਆ ਗਿਆ ਵਾ। ਤਾਂ ਮੈਂ SDM ਨੂੰ ਪਹਿਲਾਂ ਸ਼ਿਕਾਇਤ ਕੀਤੀ, ਮੈਂ ਕਿਹਾ ਜੀ ਆਹ ਬਰਿਆਰ ਪਿੰਡ ਵਿੱਚ ਗਲਤ ਨੀਂਹ ਪੱਥਰ ਰੱਖ ਰਹੇ ਨੇ, ਹਟਾਓ। ਉਹ ਮੈਨੂੰ ਕਹਿੰਦੇ ਥੋੜ੍ਹਾ ਟਾਈਮ ਦੇ ਦਿਓ। ਅਸੀਂ ਹਫ਼ਤਾ 7-8 ਦਿਨ ਵੇਟ ਕਰਨ ਤੋਂ ਬਾਅਦ 29 ਤਰੀਕ ਨੂੰ ਕੁਛ 20-25 ਅੱਛੇ ਪਤਵੰਤੇ ਸੱਜਣ, ਇਸ ਕਰਕੇ ਇਹ ਸਾਰਾ ਕੁਛ ਕਲੀਅਰ ਕੱਟ ਨਜ਼ਰ ਆ ਰਿਹਾ ਕਿ ਦਿਸ ਇਜ਼ ਪੋਲੀਟਿਕਸ ਆਫ ਵੰਡੇਟਾ, ਬਦਲਾਖੋਰੀ ਔਰ ਬੰਦੇ ਨੂੰ ਡਰਾਉਣਾ, ਧਮਕਾਉਣਾ, ਫੜ ਕੇ ਅੰਦਰ ਦੇਣਾ। ਜੋ ਪਹਿਲਾਂ ਕਰਦੀਆਂ ਸਰਕਾਰਾਂ ਉਹਦੇ ਤੋਂ ਘੱਟ ਨਹੀਂ, ਉਹਦੇ ਤੋਂ 2 ਕਦਮ ਵੱਧ ਭਗਵੰਤ ਸਿੰਘ ਮਾਨ ਕਰ ਰਿਹਾ, ਔਰ ਸਿਰਫ ਇਸ ਕਰਕੇ ਕਿਉਂਕਿ ਮੈਂ ਲਾਲਚੰਦ ਕਟਾਰੂ ਚੱਕ ਦਾ ਮਸਲਾ ਚੱਕ ਰਿਹਾ ਔਰ ਮੈਂ ਚੱਕਦਾ ਰਹੂੰਗਾ ਜਦ ਤੱਕ ਇਸ ਦਾ ਅਸਤੀਫਾ ਨਹੀਂ ਹੋਊਗਾ। ਮੈਂ ਆਪਣੀ ਪਾਰਟੀ 'ਚ ਮਤਾ ਰੱਖ ਦਿੱਤਾ ਕਿ ਇੱਕ ਮਾਰੋ ਧਰਨਾ, ਇਹਦੇ ਜ਼ਿਲ੍ਹੇ ਦੇ ਵਿੱਚ ਜਾ ਕੇ ਨਹੀਂ ਮੰਨਣਗੇ ਤਾਂ ਚੀਫ ਮਿਨਿਸਟਰ ਦੇ ਘਰ ਦਾ ਘਿਰਾਓ ਕਰੋ, ਧਰਨਾ ਮਾਰੋ ਤਾਂ ਕਿ ਇਸ ਦਾਗੀ ਮਿਨਿਸਟਰ ਨੂੰ ਜਿਹੜਾ ਹੂ ਹੈਜ਼ ਬੀਨ ਕੌਟ ਔਨ ਕੈਮਰਾ ਫੋਰ ਸੈਕਸ਼ੂਅਲ ਮਿਸਕੰਡਕਟ। ਔਰ ਫਿਰ ਕਹਿੰਦਾ ਜੀ ਭਗਵੰਤ ਮਾਨ, ਕਹਿੰਦਾ ਜੀ ਨਹੀਂ ਨਹੀਂ ਇਹ ਤਾਂ ਜੀ ਸਾਡਾ ਇਹਦਾ ਪਰਸਨ ਲਾਈਫ, ਇਹ ਪਰਸਨ ਲਾਈਫ ਨਹੀਂ ਕੀ ਭਗਵੰਤ ਸਿੰਘ ਮਾਨ, ਉਹ ਮੁੰਡਾ ਜਿਹੜਾ ਜਿਹਦਾ ਸ਼ੋਸ਼ਣ ਕੀਤਾ ਗਿਆ ਉਹ ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲਡ ਕਾਸਟ ਸ਼ਡਿਊਲਡ ਟ੍ਰਾਈਬਸ ਦਿੱਲੀ ਵਿੱਚ ਪੇਸ਼ ਹੋਇਆ। ਉਹਨੇ ਸ਼ਿਕਾਇਤ ਕੀਤੀ ਕਿ ਪਿਛਲੇ 10 ਸਾਲ ਤੋਂ ਮੰਤਰੀ ਮੈਨੂੰ ਵਰਤ ਰਿਹਾ ਸੀਗਾ, ਸ਼ਰਾਬ ਪਿਲਾਉਂਦਾ ਸੀ, ਮੈਨੂੰ ਲਾਲਚ ਦਿੰਦਾ ਸੀ, ਮੈਨੂੰ ਡਰਾਉਂਦਾ ਧਮਕਾਉਂਦਾ ਸੀ, ਮੈਨੂੰ ਇਕੱਲੇ ਨੂੰ ਲਿਜਾ ਕੇ ਉਸ ਵੇਲੇ ਕਾਮਨਿਸਟ ਸੀਗਾ ਆਪਣੇ ਦਫ਼ਤਰ ਦੇ ਵਿੱਚ ਜਾ ਕੇ ਮੇਰੇ ਨਾਲ ਬਦ ਫੈਲੀਆਂ ਕਰਦਾ ਸੀ। ਦਿਸ ਇਜ਼ ਨੋਟ ਏ ਪਰਸਨਲ ਲਾਈਫ ਭਗਵੰਤ ਮਾਨ, ਦਿਸ ਇਜ਼ ਏ ਕੌਨਕ੍ਰੀਟ ਐਲੀਗੇਸ਼ਨ ਅਗੇਂਸਟ ਯੋਰ ਮਿਨਿਸਟਰ ਵਿਚ ਡਿਮਾਂਡਸ ਇਮੀਡੀਏਟ ਡਿਸਮਿਸਲ ਐਂਡ ਅਰੈਸਟ ਆਫ ਦੈਟ ਮਿਨਿਸਟਰ। ਨਹੀਂ ਕਰਨਗੇ ਤਾਂ ਸਾਡੀ ਜਦੋਜਹਿਦ ਜਿਹੜੀ ਉਦੋਂ ਤੱਕ ਚੱਲਦੀ ਰਹੇ। ਸਾਡਾ ਇੱਕ ਮੁਕੱਦਮਾ ਹੈ ਜੀ 25/23 ਇਸੇ ਸਾਲ ਦਾ ਹੈਗਾ, SDM ਸਾਹਿਬ ਦੀ ਕੰਪਲੇਂਟ 'ਤੇ ਉਹ ਮੁਕੱਦਮਾ ਦਰਜ ਹੋਇਆ ਜੀ। ਉਸ ਮੁਕੱਦਮੇ ਦੇ ਵਿੱਚ ਖਹਿਰਾ ਸਾਹਿਬ ਦੋਸ਼ੀ ਨੇ ਅਤੇ ਸਾਡੇ ਕੋਲ ਅੱਜ ਸ਼ਾਮਲ ਤਫਤੀਸ਼ ਹੋਣ ਆਏ ਸੀ। ਜੱਜ ਸਾਹਿਬ ਦੇ ਔਰਡਰ ਸੀ, ਕੋਰਟ ਦੇ ਔਰਡਰਾਂ 'ਤੇ ਅਸੀਂ ਉਹਨਾਂ ਨੂੰ ਸ਼ਾਮਲ ਤਫਤੀਸ਼ ਕੀਤਾ ਹੈ ਜੀ ਅਤੇ ਬਾਅਦਕਾਰ ਨੇ ਸ਼ਾਮਲ ਤਫਤੀਸ਼ ਉਹਨਾਂ ਨੂੰ ਫਾਰਗ ਕਰ ਦਿੱਤਾ। ਕੀ ਖਾਸ ਪੁੱਛਗਿੱਛ ਹੋਈ? ਖਾਸ ਉਸੇ ਇੰਸੀਡੈਂਟ ਦੇ ਰਿਗਾਰਡਿੰਗ ਪੁੱਛਗਿੱਛ ਹੋਈ ਹੈ ਜੀ ਕਿ ਜਿਹੜਾ ਉਦਣ ਵਾਕਿਆ ਹੋਇਆ, ਜੋ SDM ਸਾਹਿਬ ਕੰਪਲੇਂਟ ਕਰ ਰਹੇ ਨੇ ਕਿ ਮੈਂ ਮੈਂਟਲੀ ਤੌਰ 'ਤੇ ਮੈਨੂੰ ਟੋਰਚਰ ਕੀਤਾ ਹੈ ਜਾਂ ਜੋ ਵੀ ਸਾਰੇ ਐਲੀਗੇਸ਼ਨਸ ਨੇ ਉਹਦੇ ਰਿਗਾਰਡਿੰਗ ਖਾਸ ਪੁੱਛਗਿੱਛ ਹੈ, ਨਾਲ ਉਹਨਾਂ ਦੇ ਕੌਣ ਸਾਥੀ ਕੌਣ ਸਨ ਉਹ ਸਾਰੀ ਪੁੱਛਗਿੱਛ ਡਿਟੇਲ ਹੋਈ ਹੈ ਜੀ। ਬਾਕੀ ਸਰ
अजीत पंजाबी दी ऑथेंटिक खबरां दे लई सब्सक्राइब करो अजीत वेब टीवी अते ताज़ी खबरां दी नोटिफिकेशन पाउण दे लई बैल आइकन ते क्लिक करो।